ਖਬਾਣਾ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਰੀਆਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਯੂਐਸਏ ਟੀਵੀ ਮੈਂ ਬਰਨ ਕੌਰ ਬਾਦ ਪਹਿਲਾ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਲੋਕਪ੍ਰਿਅਤਾ ਦੇ ਵਿੱਚ ਗਰਾਵਟ 트੍ਰੰਪ ਦੇਣਗੇ ਸਖਤ ਟੱਕਰ ਅਮਰੀਕਾ ਵਿੱਚ ਵਸਦੀ ਉਡੀਕ ਕਰ ਰਹੇ ਵਿਦਿਆਰਥੀਆਂ ਤੇ ਅੰਨੇਵਾ ਗੋਲੀਬਾਰੀ ਕੈਨੇਡਾ ਦੀ ਰਾਜਧਾਨੀ ਦੇ ਵਿੱਚ ਹੋਈ ਗੋਲੀਬਾਰੀ 4 ਬੱਚਿਆਂ ਸਣੇ 6 ਲੋਕਾਂ ਦੀ ਮੌਤ ਮੰਦਭਾਗੀ ਖਬਰ ਹੈ ਕੈਨੇਡਾ ਤੋਂ ਐ ਕੈਨੇਡਾ ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਭਲਕੇ ਕਤਲ ਕਰ ਦਿੱਤਾ ਗਿਆ ਸੀਬੀਆਈ ਨੂੰ ਮਿਲੀ ਹੈ ਵੱਡੀ ਕਾਮਯਾਬੀ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੂਸ ਯੂਕਰੇਨ ਜੰਗ ਵਿੱਚ ਧੱਕਣ ਵਾਲੇ ਗਰੋਧਾ ਪਰਦਾ ਫਾਸ਼ ਹੋਇਆ ਹੈ ਅਮਰੀਕਾ ਤੋਂ ਬਾਅਦ ਹੁਣ ਇੰਗਲੈਂਡ ਵਿੱਚ ਸ਼ਰਨ ਲੈਣ ਵਾਲੇ ਭਾਰਤੀਆਂ ਦੇ ਤੋੜੇ ਨੇ ਰਿਕਾਰਡ ਇੰਗਲੈਂਡ ਦੀ ਸਰਕਾਰ ਪਈ ਹੈ ਸੋਚਾਂ ਚ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਦੌੜ ਵਿੱਚ ਡੋਨਲਡ ਟਰੰਪ ਦੀ ਆਖਰੀ ਰੁਕਾਵਟ ਸਾਫ ਹੋ ਗਈ ਨਿੱਕੀ ਹੈਲੀ ਵੱਲੋਂ ਚੋਣ ਪ੍ਰਚਾਰ ਬੰਦ ਕਰਨ ਤੋਂ ਬਾਅਦ ਟਰੰਪ ਜੇਤੂ ਬਣ ਕੇ ਸਾਹਮਣੇ ਉੱਭਰੇ ਨੇ ਹੈਲੀ ਸੁਪਰ ਮੰਗਲਵਾਰ ਨੂੰ 15 ਅਮਰੀਕੀ ਰਾਜਾਂ ਵਿੱਚ ਪਾਰਟੀ ਪ੍ਰਾਈਮਰੀ ਹਾਰਨ ਤੋਂ ਬਾਅਦ ਬਾਹਰ ਹੋ ਗਏ ਸੰਨ ਟਰੰਪ ਦੀ 77 ਸਾਲ ਦੀ ਉਮਰ ਅਤੇ ਉਨ੍ਹਾਂ ਖਿਲਾਫ 91 ਗੰਭੀਰ ਅਪਰਾਧਿਕ ਮਾਮਲਿਆਂ ਦੇ باوجود ਵੀ ਕਾਨੂੰਨੀ ਟੀਮ ਅਤੇ ਪ੍ਰਚਾਰ ਟੀਮ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਇਸ ਨੂੰ ਦੇ ਹੋਏ ਦੇਖਿਆ ਜਾ ਰਿਹਾ ਹੈ ਕਿ ਨਵੰਬਰ ਦੇ ਵਿੱਚ ਚੋਣ ਹੋਣ ਵਾਲੀਆਂ ਜਿਹੜੀਆਂ ਨੇ ਹੋਣ ਵਾਲੀਆਂ ਵੋਟਾਂ ਨੇ ਉਹਨਾਂ 'ਚ 트ੰਪ ਹੀ ਜੋ ਵਾਈਡਨ ਖਿਲਾਫ ਉਮੀਦਵਾਰ ਹੋਣਗੇ ਅਮਰੀਕੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਦੀ ਜਿਹੜੀ ਪ੍ਰਸਿੱਧੀ ਹੈ ਉਸ ਵਿੱਚ ਕਮੀ ਆਈ ਹੈ ਇੱਕ ਸਰਵੇ ਰਿਪੋਰਟ ਦੇ ਮੁਤਾਬਕ 48% ਲੋਕਾਂ ਨੇ 트ੰਪ ਦਾ ਸਮਰਥਨ ਕੀਤਾ ਹੈ 23% ਨੇ ਮੰਨਿਆ ਕਿ ਉਹਨਾਂ ਨੂੰ ਵਾਈਡਨ ਦੀ ਉਮੀਦਵਾਰੀ ਨਾਲ ਕੋਈ ਸਮੱਸਿਆ ਨਹੀਂ ਸੀ ਜਦਕਿ 26% ਨੇ ਕਿਹਾ ਹੈ ਕਿ ਉਹ ਵਾਈਡਨ ਦੇ ਪ੍ਰਦਰਸ਼ਨ ਤੋਂ ਅਸੰਤੁਸ਼ਟ ਨੇ ਗੁਰਸੇ ਨਹੀਂ ਹਨ ਸੰਯੁਕਤ ਰਾਜ ਵਿੱਚ ਦੋ ਪ੍ਰਮੁੱਖ ਪਾਰਟੀਆਂ ਨੇ ਜਿਨ੍ਹਾਂ ਵਿੱਚੋਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਰੇਕ ਰਾਜ ਵਿੱਚ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਦੇ ਲਈ ਅੰਤਰ ਪਾਰਟੀ ਚੋਣਾਂ ਕਰਵਾਈਆਂ ਜਾਂਦੀਆਂ ਨੇ ਇਸ ਸੂਚੇ ਵਰਤਾਰੇ ਨੂੰ ਕਾਕਸ ਕਿਹਾ ਜਾਂਦਾ ਹੈ ਸਾਰੇ ਰਾਜਾਂ ਦੀ VOTING ਤੋਂ ਬਾਅਦ ਹੀ ਚੋਣਾਂ ਜਿੱਤਣ ਵਾਲੇ ਉਮੀਦਵਾਰ ਨੂੰ ਦੋਵਾਂ ਪਾਰਟੀਆਂ ਦੀ ਰਾਸ਼ਟਰੀ ਕਨਵੈਨਸ਼ਨ ਦੇ ਵਿੱਚ ਪਾਰਟੀ ਦੇ ਦੁਆਰਾ ਰਾਸ਼ਟਰਪਤੀ ਉਮੀਦਵਾਰ ਕੋਸ਼ਿਸ਼ ਕੀਤਾ ਜਾਂਦਾ ਹੈ ਰਿਪੋਰਟਾਂ ਦੇ ਮੁਤਾਬਕ 트੍ਰੰਪ ਨੇ ਅਮਰੀਕਾ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਉਹਨਾਂ ਦਾ ਦੂਜਾ ਕਾਰਜਕਾਲ ਉਹਨਾਂ ਦੇ ਪਹਿਲੇ ਕਾਰਜਕਾਰ ਦੇ ਨਾਲੋਂ ਜ਼ਿਆਦਾ ਵਦਿਆ ਹੋਏਗਾ ਲੋਕਤੰਤਰ ਨੂੰ ਹਾਈਜੈਕ ਕਰਨ ਅਤੇ 2020 ਦੀਆਂ ਚੋਣਾਂ ਵਿੱਚ ਜਿੱਤ ਖੋਣ ਦੀ ਕੋਸ਼ਿਸ਼ ਕਰਨ ਵਾਲੇ ਅਤੇ ਦੇਸ਼ ਦੀ ਆਜ਼ਾਦੀ ਦਾ ਕਿਸਮਤ ਨੂੰ ਖਤਰੇ ਪਾਉਣ ਵਾਲੇ ਵਿਅਕਤੀ ਦੀ ਬਾਪਤੀ ਹੈਰਾਨ ਕਰਨ ਵਾਲੀ ਵੀ ਹੋ ਸਕਦੀ ਹੈ ਇਹ ਵਿਰੋਧੀ ਧਿਰਤਾ ਵੀ ਕਹਣਾ ਹੈ 트럼ਪ ਖਿਲਾਫ ਦੇਸ਼ ਦਰੋਹ ਵਰਗੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਲਗਭਗ 91 ਮਾਮਲੇ ਦਰਜ ਨੇ ਦੌੜ ਵਿੱਚ ਉਹਨਾਂ ਦੀ ਸ਼ਾਨਦਾਰ ਬਾਪਤੀ ਅਮਰੀਕੀ ਇਤਿਹਾਸ ਦੀ ਸਭ ਤੋਂ ਜਿਹੜੀ ਹੈ ਬਖਰੀ ਖਬਰ ਵੱਲ ਵੀ ਇਸ਼ਾਰਾ ਕਰਦੀ ਹੈ ਅਮਰੀਕਾ ਦੇ ਫਿਲਡੈਲਫੀਆ ਚ ਬੱਸ ਦੀ ਉਡੀਕ ਕਰ ਰਹੇ ਕੁਝ ਵਿਦਿਆਰਥੀਆਂ ਤੇ ਹਮਲਾਵਾਰਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਦੇ ਵਿੱਚ 8 ਵਿਦਿਆਰਥੀ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਿਲਡੈਲਫੀਆ ਹਾਈ ਸਕੂਲ ਦੇ ਵਿਦਿਆਰਥੀ ਬੱਸ ਦਾ ਸਟੈਂਡ ਤੇ ਖੜੇ ਹੋ ਕੇ ਬੱਸ ਦੀ ਉਡੀਕ ਕਰ ਰਹੇ ਸਨ ਉਸ ਤੋਂ ਬਾਅਦ ਕੁਝ ਸ਼ੱਕੀ ਵਿਅਕਤੀ ਇੱਕ ਵਾਹਨ ਚੋਂ ਨਿਕਲੇ ਅਤੇ ਉੱਥੇ ਖੜੇ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਲਡੈਲਫੀਆ ਦੇ ਪੁਲਿਸ ਕਮਿਸ਼ਨਰ ਕੇਵਨ ਦਾ ਕਹਿਣਾ ਹੈ ਕਿ ਇਸ ਘਟਨਾ 'ਚ 8 ਵਿਦਿਆਰਥੀ ਜ਼ਖਮੀ ਹੋਏ ਨੇ ਜਿਨ੍ਹਾਂ 'ਚੋਂ ਇੱਕ 16 ਸਾਲਾ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਉਹਨਾਂ ਨੂੰ 6 ਗੋਲੀਆਂ ਲੱਗੀਆਂ ਨੇ ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ ਬੈਥਲ ਨੇ ਕਿਹਾ ਕਿ ਉੱਤਰ ਪੂਰਵੀ ਹਾਈ ਸਕੂਲ ਦੇ ਵਿਦਿਆਰਥੀ ਦੁਪਹਿਰ 3 ਵਜੇ ਬੱਸ ਦੀ ਉਡੀਕ ਕਰ ਰਹੇ ਸੀ ਨਾ ਵਿਦਿਆਰਥੀਆਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਦੱਸੀ ਗਈ ਹੈ ਇਸ ਤੋਂ ਬਾਅਦ ਇੱਕ ਕਾਰ ਚੋਂ ਤਿੰਨ ਵਿਅਕਤੀ ਉਤਰੇ ਅਤੇ ਉੱਥੇ ਬੱਸ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਤੇ 30 ਤੋਂ ਵੱਧ ਰਾਉਂਡ ਫਾਇਰ ਕੀਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਮੂਹਿਕ ਗੋਲੀਬਾਰੀ ਦੇ ਵਿੱਚ ਦੱਖਣ ਪੂਰਵੀ ਪੈਂਸਲਵੇਨੀਆ ਟਰਾਂਸਪੋਰਟੇਸ਼ਨ ਅਥਾਰਟੀ ਦੀਆਂ ਦੋ ਬੱਸਾਂ ਵੀ ਨੁਕਸਾਨੀਆਂ ਗਈਆਂ ਪਰ ਨ ਬਸਾਂ ਦੇ ਸਵਾਰੀਆਂ ਤੇ ਡਰਾਈਵਰਾਂ ਨੂੰ ਕੋਈ ਛੱਟ ਨਹੀਂ ਲੱਗੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਪਿਛਲੇ ਕੁਝ ਮਹੀਨਿਆਂ ਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਜਿਸ ਵਿੱਚ ਵੱਡੀ ਗਿਣਤੀ ਚ ਲੋਕ ਜ਼ਖਮੀ ਹੋਏ ਹਨ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਬੁੱਧਵਾਰ ਦੇਰ ਰਾਤ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖਬਰ ਆਈ ਪੁਲਿਸ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਓਟਾਵਾ ਪੁਲਿਸ ਨੇ ਇੱਕ 19 ਸਾਲਾ ਸ਼੍ਰੀਲੰਕਾਈ ਵਿਦਿਆਰਥੀ ਨੂੰ ਆਪਣੇ ਕਮਰੇ ਦੇ 6 ਸਾਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸ਼੍ਰੀਲੰਕਾ ਦੇ ਇੱਕ ਪਰਿਵਾਰ ਦੇ 4 ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਨੇ ਓਟਾਵਾ ਦੇ ਪੁਲਿਸ ਮੁਖੀ ਨੇ ਕਿਹਾ ਹੈ ਕਿ ਦੋਸ਼ੀ ਜਸਦੀ ਪਛਾਣ ਫ फेब्रुवारी 20 ਦੀ ਜ਼ੋਇਸਾ ਵਜੋਂ ਹੋਈ ਹੈ ਨੇ ਲੋਕਾਂ ਤੇ ਤੇਜ਼ ਧਾਰ ਹੱਤਿਆ ਨਾਲ ਹਮਲਾ ਕੀਤਾ ਉਸਤੇ ਪਹਿਲੇ ਦਰਜੇ ਦੇ ਕਤਲ ਦੇ ਛੇਅ ਅਤੇ ਕਤਲ ਦੀ ਕੋਸ਼ਿਸ਼ ਤੇ ਇੱਕ ਮਾਮਲੇ ਦਾ ਦੋਸ਼ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ਼੍ਰੀ ਲੰਕਾ ਦੇ ਨਾਗਰਿਕ ਸਨ ਜੋ ਹਾਲੇ ਵਿੱਚ ਕੈਨੇਡਾ ਆਏ ਸਨਾਂ ਵਿੱਚ 35 ਸਾਲਾਂ ਮਾਂ 7 ਸਾਲਾਂ ਪੁੱਤਰ 4 ਸਾਲ ਦੀ ਧੀ 22 ਸਾਲ ਦੀ ਧੀ ਅਤੇ 2 ਮਹੀਨੇ ਦੀ ਬੱਚੀ ਸ਼ਾਮਲ ਹੈ ਨਾਲ ਹੀ ਇੱਕ 40 ਸਾਲਾਂ ਵਿਅਕਤੀ ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀਗਾ ਉਸਦੀ ਵੀ ਮੌਤ ਹੋ ਗਈ ਹੈ ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 ਤੇ ਕਾਲ ਕਰਨ ਦੇ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹ ਹਸਪਤਾਲ 'ਚ ਭਰਤੀ ਨੇ। ਉਹਨਾਂ ਨੇ ਕਿਹਾ ਕਿ ਇਹ ਬੇਕਸੂਰ ਲੋਕਾਂ ਤੇ ਜ਼ੁਲਮ ਕਰਨ ਦੀ ਕੋਈ ਕਾਰਵਾਈ ਹੈ। ਉਟਾਵਾ ਸਥਿਤ শ্রীলੰਕਾ ਹਾਈ ਕਮਿਸ਼ਨ ਨੇ ਕਿਹਾ ਕਿ ਪੀੜਤ ਪਰਿਵਾਰ শ্রীলੰਕਾ ਦਾ ਰਹਿਣ ਵਾਲਾ ਸੀ। ਪਿਤਾ ਤਾਂ ਬਚ ਗਿਆ ਪਰ ਉਸ ਦੀ ਪਤਨੀ ਅਤੇ ਬੱਚੇ ਮਾਰੇ ਗਏ। ਘਟਨਾ ਨੂੰ ਲੈ ਕੇ ਉਟਾਵਾ ਦੇ ਮੇਅਰ ਮਾਰਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਾਡੇ ਸ਼ਹਿਰ ਦੇ ਇਤਿਹਾਸ ਵਿੱਚ ਝੰਡਾ ਦਿਆਂ ਸਭ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਚੋ ਇੱਕ ਹੈ 10 ਲੱਖ ਦੀ ਆਬਾਦੀ ਵਾਲੇ ਉਟਾਵਾ ਦੇ ਵਿੱਚ 2023 14 ਤੇ 2022 ਵਿੱਚ 15 ਕਤਲ ਹੋਏ ਮ੍ਰਿਤਕ ਦੱਖਣੀ ਪੱਛਮੀ ਉਪਨਗਰ ਵਰਹਾ ਵੇਨ ਵਿੱਚ ਇੱਕ ਘਰ ਦੇ ਅੰਦਰ ਮਿਲੇ ਸਨ ਅਤੇ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ ਦੱਸਦੇ ਕਿ ਕੈਨੇਡਾ ਵਿੱਚ ਕਤਲਿਆਂ ਬਹੁਤ ਘੱਟ ਹੁੰਦੇ ਨੇ ਦਸੰਬਰ 2022 ਵਿੱਚ ਇੱਕ ਵਿਅਕਤੀ ਨੇ ਪੁਲਿਸ ਦੁਆਰਾ ਗੋਲੀ ਮਾਰਨ ਤੋਂ ਪਹਿਲਾਂ ਟੋਰਾਂਟੋ ਦੇ ਇੱਕ ਉਪਨਗਰ 'ਚ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ ਕੈਨੇਡਾ ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਕੈਨੇਡਾ ਦੇ BC ਸੂਬੇ ਨਾਲ ਸੰਬੰਧਤ ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਨੌਜਵਾਨ ਦੀ شناخت BC ਦੇ ਮਿਸ਼ਨ ਸ਼ਹਿਰ ਨਾਲ ਸੰਬੰਧਤ ਜਸਮੀਤ ਵਿਦੇਸ਼ਾਵਾਜੂ ਕੀਤੀ ਗਈ ਹੈ ਟੋਰਾਂਟੋ ਪੁਲਿਸ ਵੱਲੋਂ ਫਲਹਾਲ ਸ਼ੱਕੀਆਂ ਜਾਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਟੋਰਾਂਟੋ ਦੇ ਰੈਕਟਲ ਇਲਾਕੇ 'ਚ ਗੋਲੀਬਾਰੀ ਦੀ ਵਾਰਦਾਤ 3 ਮਾਰਚ ਨੂੰ ਰਾਤ ਤਕਰੀਬਨ 11:30 ਵਜੇ ਅਪਰੀਏ ਤੇ ਇੱਕ ਬਹੁਮੰਦਲਾ ਇਮਾਰਤ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੇ ਪੁਜੀ ਪੁਲਿਸ ਜਿਹੜੀ ਹੈ ਅਫਸਰਾਂ ਨੂੰ ਇੱਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਪੈਰਾਮੈਡੀਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਅਣਥੱਕ ਯਤਨਾਂ ਦੌਰਾਨ ਉਹ ਮੌਕੇ ਤੇ ਹੀ ਦਮ ਤੋੜ ਗਿਆ ਪੁਲਿਸ ਵੱਲੋਂ ਤੁਰੰਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਬੀਸੀ ਦੇ ਮਿਸ਼ਨ ਸ਼ਹਿਰ ਨਾਲ ਸੰਬੰਧਿਤ 25 ਸਾਲ ਦਾ ਜਸਮੀਤ ਵਿਦੇਸ਼ਾ ਸੀ ਜਸਮੀਤ ਵਿਦੇਸ਼ਾ ਟੋਰਾਂਟੋ ਵਿਖੇ ਕਿਸੇ ਕੋਲ ਰ ਰਿਆਸੀ ਜਾਂ ਕਿਹੜੇ ਮਕਸਦ ਨਾਲ ਅਨਟੋਰੀਓ ਆਇਆ ਇਨ੍ਹਾਂ ਗੱਲਾਂ ਬਾਰੇ ਵੀ ਪੁਲਿਸ ਵੱਲੋਂ ਵਿਸਤਾਰਿਤ ਜਾਣਕਾਰੀ ਉਦੋਂ ਤੱਕ ਨਹੀਂ ਦਿੱਤੀ ਗਈ ਜਦੋਂ ਤੱਕ ਇਹ ਖਬਰ ਪੜ੍ਹੀ ਗਈ ਸੀ ਟ੍ਰਾਂਟੋ ਵਿਖੇ ਇਸ ਸਾਲ ਦਾ 12ਵਾਂ ਕਤਲ ਦੱਸਿਆ ਜਾ ਰਿਹਾ ਅਤੇ ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਕੇਂਦਰੀ ਜਾਂਚ ਬਿਊਰੋ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਛਾਪੇਮਾਰੀ ਕਰਕੇ ਭਾਰਤੀ ਨੌਜਵਾਨਾਂ ਨੂੰ ਨੌਕਰੀਆਂ ਤੇ ਪੈਸੇ ਕਮਾਉਣ ਦਾ ਲਾਲਚ ਦੇ ਕੇ ਰੂਸ-ਯੂਕਰੇਨ ਦੀ ਜੰਗ 'ਤੇ ਭੇਜਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਸੀਬੀਆਈ ਨੇ ਟਰੈਵਲ ਏਜੰਟਾਂ ਤੇ ਵੀਜ਼ਾ ਕੰਸਲਟੈਂਸੀ ਫਰਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਲੋਕ ਨੌਜਵਾਨਾਂ ਨੂੰ ਆਪਣੀਆਂ ਗੱਲਾਂ ਚ ਲੈ ਕੇ ਚੰਗੇ ਪੈਸੇ ਕਮਾਉਣ ਅਤੇ ਨੌਕਰੀ ਦਾ ਚਾਂਸਾ ਦੇ ਕੇ ਗੈਰ ਕਾਨੂੰਨੀ ਤਰੀਕੇ ਨਾਲ ਰੂਸ ਯੂਕਰੇਨ ਦੀ ਜੰਗ ਵਿੱਚ ਭੇਜਦੇ ਸੀ ਇਹ ਗ੍ਰੋਹ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ ਜਿਨ੍ਹਾਂ ਚੋਂ ਸੀਬੀਆਈ ਨੇ ਦਿੱਲੀ, ਤ੍ਰਿਵਿੰਦਰਪੁਰ, ਬੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਅਤੇ ਚਨਈ ਦੀਆਂ 13 ਥਾਵਾਂ ਤੇ ਛਾਪੇਮਾਰੀ ਕਰਕੇ ਇਸ ਗ੍ਰੋਹ ਦਾ ਪਰਦਾ ਫਾਸ਼ ਕੀਤਾ ਹੈ ਇਹਨਾਂ ਫਰਮਾਂ ਚ 24 ਘੰਟੇ ਹਫਤੇ ਦੇ 7 ਦਿਨ ਆਰ ਏ ਐਸ ਓਵਰ ਸੀਜ਼ ਫਾਊਂਡੇਸ਼ਨ ਕੇ ਜੀ ਮਾਰਗ ਨਵੀਂ ਦਿੱਲੀ ਤੇ ਇਸ ਦਾ ਨਿਰਦੇਸ਼ਕ ਸੁਯੋਸ਼ ਮੁਕੁਟ ਓ ਐਸ ਡੀ ਬਰਦਰਸ ਟ੍ਰੈਵਲ ਐਂਡ ਵੀਜ਼ਾ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਬੰਬਈ ਅਤੇ ਇਸ ਦੇ ਨਿਰਦੇਸ਼ਕ ਰਕੇਸ਼ ਪਾਂਡੇ ਐਡਵੈਂਚਰ ਵੀਜ਼ਾ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੇ ਨਿਰਦੇਸ਼ਕ ਮਨਜੀਤ ਸਿੰਘ ਬਾਬਾ ਵਲਾ ਆਗਾਸ ওভারਸੀਜ਼ ਰਿਕਰੂਟਮੈਂਟ ਸੋਲੂਸ਼ਨਸ ਪ੍ਰਾਈਵੇਟ ਲਿਮਿਟਿਡ ਦबई ਅਤੇ ਇਸ ਦੇ ਨਿਰਦੇਸ਼ਕ ਫੈਜ਼ਲ ਅਬਦੁਲ ਮੁਤਾਲਤ ਖਾਨ ਅਤੇ ਉਰਫ ਬਾਬਾ ਤੇ ਕਾਰਵਾਈ ਕੀਤੀ ਗਈ ਹੈ ਸੀਬੀਆਈ ਨੇ ਬਿਆਨ ਚੁਕਿਆ ਹੈ ਕਿ ਟ੍ਰੈਵਲ ਏਜੰਟ ਅਤੇ ਫਰਮਾਂ ਮਨੁੱਖੀ ਤਸਕਰੀ ਦੇ ਇੱਕ گروਹ ਦੇ ਤੌਰ ਤੇ ਕੰਮ ਕਰ ਰਹੀਆਂ ਸਨ ਤੇ YouTube ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਪੋਸਟਾਂ ਪਾ ਕੇ ਭਾਰਤੀ ਨੌਜਵਾਨਾਂ ਨੂੰ ਰੂਸ ਵਿੱਚ ਜ਼ਿਆਦਾ ਤਨਖਾਹ ਵਾਲੀਆਂ ਨੌਕਰੀਆਂ ਦਾ ਚਾਂਸਾ ਦੰਦੇ ਸਨ ਇਸ ਤੋਂ ਬਾਅਦ ਉਹਨਾਂ ਨੂੰ ਤਸਕਰੀ ਕਰਕੇ ਲੜਾਈ ਦੀ ਸਖਲਾਈ ਦਿੱਤੀ ਜਾਂਦੀ ਸੀ ਤੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਦੀ ਜਾਨ ਖਤਰੇ 'ਚ ਪਾ ਕੇ ਰੂਸ ਯੂਕਰੇਨ ਦੀ ਜੰਗ 'ਚ ਧੱਕਿਆ ਜਾਂਦਾ ਸੀ ਇਸ ਦੌਰਾਨ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਨੇ ਇਨ੍ਹਾਂ ਫਰਮਾਂ ਖਿਲਾਫ 6 ਮਾਰਚ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜੋ ਕਿ ਬਾਅਦ ਵਿੱਚ ਜਾਂਚ ਕਰਨ ਤੇ ਸਹੀ ਸਾਬਤ ਹੋਇਆ ਫਰਮਾ ਤੋਂ 50 ਲੱਖ ਤੋਂ ਵੱਧ ਦੀ ਨਕਦੀ ਦਸਤਾਵੇਜ਼ ਲੈਪਟਾਪ ਮੋਬਾਈਲ ਫੋਨ ਕੰਪਿਊਟਰ ਸੀਸੀਟੀਵੀ ਫੁਟੇਜ ਆਦਿ ਬਰਾਮਦ ਕੀਤੀ ਗਈ ਹੈ ਇਸ ਮਾਮਲੇ 'ਚ ਹੋਰ ਜਾਂਚ ਜਾਰੀ ਹੈ ਹੁਣ ਤੱਕ ਇਨਾ ਫਰਮਾ ਵੱਲੋਂ 35 ਨੌਜਵਾਨਾਂ ਨੂੰ ਵਿਦੇਸ਼ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਤੇ ਹੋਰ ਵੀ ਕਈ ਲੋਕਾਂ ਦੀ ਤਸਕਰੀ ਦੀ ਤਿਆਰੀ ਕੀਤੀ ਜਾ ਰਹੀ ਸੀ ਹੋਰ ਜਾਣਕਾਰੀ ਲਈ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਆਮ ਜਨਤਾ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇ ਹੈ ਨੌਕਰੀਆਂ ਤੇ ਕਮਾਈ ਦਾ ਲਾਲਚ ਦੇ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਲੋਕਾਂ ਤੋਂ ਬਚਿਆ ਜਾਏ ਬਰਤਾਨੀਆਂ ਵਿੱਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਬ੍ਰਿਟਿਸ਼ ਸਰਕਾਰ ਦੀ ਰਿਪੋਰਟ ਦੇ ਮਤਾਬਕ 2023 ਵਿੱਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਕੇ 5253 ਹੋ ਗਈ 2022 ਵਿੱਚ ਇਹ 2612 ਸੀ ਇਸੇ ਤਰ੍ਹਾਂ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਬਰਤਾਨੀਆਂ ਦੇ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵੀ ਪਿਛਲੇ ਇੱਕ ਸਾਲ ਦੌਰਾਨ ਵਾਧਾ ਹੋਇਆ ਹੈ 2022 ਦੇ ਵਿੱਚ 748 ਭਾਰਤੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਲਈ ਆਪਣੀ ਜਾਨ ਜੋਖਮ ਦੇ ਵਿੱਚ ਵਾ ਦਿੱਤੀ ਜਦੋਂ ਕਿ 2023 ਵਿੱਚ ਗਿਣਤੀ ਵਧ ਕੇ 1192 ਦਰਜ ਕੀਤੀ ਗਈ 2023 ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵੇਕ ਲੱਖ ਨੂੰ ਪਾਰ ਕਰ ਗਈ ਸੀ ਜਦਕਿ 2022 ਚ ਕੇਵਲ 65 ਹਜ਼ਾਰ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਸਨ 2023 ਵਿੱਚ ਗੈਰ ਕਾਨੂੰਨੀ ਢੰਗ ਨਾਲ ਬਰਤਾਨੀਆਂ ਵਿੱਚ ਦਾਖਲ ਹੋਣ ਵਾਲੇ 1192 ਭਾਰਤੀਆਂ ਚੋਂ 60% ਨੌਜਵਾਨ ਨੇ ਇਹਨਾਂ ਦੀ ਉਮਰ 18-29 ਸਾਲ ਹੈ ਇਹ ਨੌਜਵਾਨ ਡਵਾਰ ਬਲਬਾਉਟ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਸਭ ਤੋਂ ਵੱਧ 5545 ਅਫਗਾਨ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਇਸ ਸਾਲ ਫਰਵਰੀ ਤੱਕ ਕਈ ਦੇਸ਼ਾਂ ਦੇ ਕਰੀਬ 2000 ਲੋਕ ਕੋਸ਼ਿਸ਼ ਕਰ ਚੁੱਕੇ ਨੇ 2023 ਵਿੱਚ ਬ੍ਰਿਟੇਨ 'ਚ ਸ਼ਰਨ ਮੰਗਣ ਵਾਲੇ 5253 ਭਾਰਤੀਆਂ 'ਚੋਂ ਸ਼ੁਰੂਆਤੀ ਪੜਾਅ ਤੇ ਕੇਵਲ 140 ਦੀਆਂ ਅਰਜ਼ੀਆਂ ਤੇ ਵਿਚਾਰ ਕੀਤਾ ਗਿਆ ਬ੍ਰਿਟੇਨ ਦੇ ਵਿੱਚ ਸ਼ਰਨ ਦੇ ਲਈ ਅਰਜ਼ੀਆਂ 5 ਸਾਲ 'ਚ ਤਿੰਨ ਵਾਰ ਦਿੱਤੀਆਂ ਜਾ ਸਕਦੀਆਂ ਹਨ ਅਮਰੀਕਾ ਚ ਚੋਣਾਂ ਤੋਂ ਬਾਅਦ ਇਹ ਲਗਭਗ ਸਪਸ਼ਟ ਹੋ ਗਿਆ ਕਿ ਹੁਣ 트럼ਪ ਅਤੇ ਜੋ ਬਾਈਡਨ ਵਿਚਾਲੇ ਰਾਸ਼ਟਰਪਤੀ ਅਹੁਦੇ ਲਈ ਜ਼ਬਰਦਸਤ ਟੱਕਰ ਹੋਣ ਵਾਲੀ ਹੈ। 트럼ਪ ਅਤੇ ਬਾਈਡਨ ਨੇ ਸੁਪਰ ਟਿਊਜ਼ਡੇ ਮਤਲਬ 5 ਮਾਰਚ ਨੂੰ ਹੋਈਆਂ ਪ੍ਰੀ ਚੋਣਾਂ ਚ ਲਗਭਗ ਕਲੀਨ ਸਵੀਪ ਕਰ ਲਿਆ ਹੈ। ਹੁਣ ਰਿਪਬਲਿਕਨ ਪਾਰਟੀ ਤੋਂ 트럼ਪ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਬਾਈਡਨ ਵਿਚਾਲੇ ਸਖਤ ਮੁਕਾਬਲੇ ਦੀ ਉਮੀਦ ਹੈ। ਇਸ ਦੌਰਾਨ ਭਰੋਸੇਯੋਗ ਨਾਲ ਭਰੇ 트럼ਪ ਨੇ ਇੱਕ ਕਦਮ ਅੱਗੇ ਵਧਾਇਆ ਅਤੇ ਬਾਈਡਨ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਵਿੱਚ 트럼ਪ ਚੁਣੌਤੀ ਦੇਣ ਵਾਲੀ ਨਿੱਕੀ ਹੈਲੀ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਹਟ ਗਏ ਨੇ ਇਸ ਨਾਲ ਟਰੰਪ ਦੇ ਲਈ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਸਾਫ਼ ਹੋ ਗਿਆ ਹੈ ਲਗਭਗ ਪੱਕਾ ਹੈ ਕਿ ਨਵੰਬਰ ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਬਾਈਡਨ ਦਾ ਮੁਕਾਬਲਾ ਟਰੰਪ ਨਾਲ ਹੋਣਾ ਹੈ ਬਾਈਡਨ ਨਾਲ ਮੁਕਾਬਲਾ ਤੈਅ ਹੋਣ ਤੋਂ ਬਾਅਦ ਟਰੰਪ ਨੇ ਬਾਈਡਨ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਸਾਡੇ ਦੇਸ਼ ਅਤੇ ਲੋਕਾਂ ਲਈ ਚੰਗਾ ਹੋਵੇਗਾ ਜੇਕਰ ਮੈਂ ਅਤੇ ਜੋ ਬਾਈਡਨ ਅਮਰੀਕਾ ਲਈ ਮਹੱਤਵਪੂਰਨ ਮੁੱਦਿਆਂ ਤੇ ਬਹਿਸ ਕਰਦੇ ਹਾਂ ਮੈਂ ਕਿਤੇ ਵੀ ਕਿਸੇ ਵੀ ਸਮੇਂ ਬਹਿਸ ਦੇ ਲਈ ਤਿਆਰ ਹਾਂ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਦੀ ਦੌੜ 'ਚ ਆਪਣਾ ਨਾਮ ਵਾਪਸ ਲੈ ਲਿਆ ਸੀ ਪਰ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਸਭ ਤੋਂ ਸਫਲ ਭਾਰਤੀ ਦਾ ਰਿਕਾਰਡ ਹੈਲੀ ਨੇ ਆਪਣੇ ਨਾਮ ਕਰ ਹੀ ਲਿਆ ਨਿੱਕੀ ਪਹਿਲੀ ਰਿਪਬਲਿਕਨ ਮਹਿਲਾ ਹੈ ਜੋ ਪ੍ਰਾਇਮਰੀ ਜਿੱਤਣ ਦੇ ਵਿੱਚ ਸਫਲ ਰਹੀ ਹੈ ਇਸ ਦੇ ਨਾਲ ਹੀ ਨਿੱਕੀ ਦੋ ਸੂਬਿਆਂ ਦੀ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ ਇਸ ਤੋਂ ਪਹਿਲਾਂ 2016 'ਚ ਭਾਰਤੀ ਮੂਲ ਦੇ ਬੌਬੀ ਜੰਦਲ 2020 'ਚ ਕਮਲਾ ਹੈਰਿਸ ਅਤੇ 2024 'ਚ ਰਾਮਾ ਸੁਆਮੀ ਵੀਰਾਜ ਰਾਸ਼ਟਰਪਤੀ ਦੌਰਚ ਸ਼ਾਮਲ ਸਨ ਪਰ ਕੋਈ ਵੀ ਪ੍ਰਾਈਮਰੀ ਜਿੱਤ ਨਾ ਸਕਿਆ ਇਸ ਦੇ ਨਾਲ ਹੀ 2024 ਦੀ 13 ਰਿਪਬਲਿਕਨ ਉਮੀਦਵਾਰਾਂ ਚੋਂ ਹੇਲੀ ਕਿਸੇ ਵੀ ਪ੍ਰਾਈਮਰੀ ਵਿੱਚ 트ੰਪ ਨੂੰ ਹਰਾਉਣ ਵਾਲੇ ਇੱਕੋ ਇੱਕ ਉਮੀਦਵਾਰ ਨੇ ਨਿੱਕੀ ਦੇ ਇਸ ਵਾਰ ਜ਼ਬਰਦਸਤ ਪ੍ਰਦਰਸ਼ਨ ਕਰਨ 2028 ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਹਨਾਂ ਦੀ ਉਮੀਦਵਾਰੀ ਮਜ਼ਬੂਤ ਹੋ ਗਈ ਹੈ ਅਮਰੀਕਾ ਚ ਸੁਪਰ ਮੰਗਲਵਾਰ ਤੋਂ ਬਾਅਦ 2024 ਦੇ ਰਾਸ਼ਟਰਪਤੀ ਅਹੁਦੇ ਲਈ ਜੋ ਬਾਈਡਨ ਅਤੇ 트੍ਰੰਪ ਵਿਚਾਲੇ ਮੁਕਾਬਲਾ ਤੈਅ ਹੋ ਗਿਆ ਹੈ ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ ਇੱਥੇ ਵੀ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਦਾਵਾ ਮਜ਼ਬੂਤ ਹੈ ਦੱਖਣੀ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕਰਾਮਾ ਸੁਆਮੀ ਤੋਂ ਇਲਾਵਾ ਤੁਲਸੀ ਗਵਾਨ ਅਤੇ ਸਨੇਤ ਸਤਲੋਕ ਸ਼ਾਮਲ ਨੇ ਅਮਰੀਕਾ ਦੇ ਸੂਬੇ ਜਾਰਜੀਆ ਦੀ ਪੁਲਿਸ ਦੋ ਗੁਜਰਾਤੀ ਭਾਰਤੀਆਂ ਦੀ ਤਲਾਸ਼ ਕਰ ਰਹੀ ਹੈ ਜੋ ਯੂ ਵੀਜ਼ਾ ਲਈ ਫਰਜ਼ੀ ਲੁੱਟ ਕਰਦੇ ਸੀ ਜਿਨ੍ਹਾਂ ਦਾ ਪਿਸ਼ੋਕੜ ਗੁਜਰਾਤ ਦੇ ਨਾਲ ਹੈ ਇਹਨਾਂ ਦੇ ਨਾਮ ਸੁਨੀਲ ਚੌਧਰੀ ਅਤੇ ਪ੍ਰੇਸ਼ ਚੌਧਰੀ ਨੇ ਦੋਵਾਂ ਨੇ ਇੱਕ ਸਟੋਰ ਦੇ ਵਿੱਚੋਂ 6000 ਡਾਲਰ ਦੀ ਲੁੱਟ ਦੀ ਝੂਠੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਇਹ ਦੋਵੇਂ ਵਿਅਕਤੀ ਉਸੇ ਸਟੋਰ ਦੇ ਵਿੱਚ ਕੰਮ ਕਰਦੇ ਸੀ ਦੋਵਾਂ ਦੇ ਗੈਰ ਕਾਨੂੰਨੀ ਪ੍ਰਵਾਸੀ ਹੋਣ ਦੀ ਸੰਭਾਵਨਾ ਹੈ ਪੁਲਿਸ ਵੱਲੋਂ ਦੋਵਾਂ ਨੂੰ ਫਰਜ਼ੀ ਲੁੱਟ ਦੇ ਮਾਮਲੇ ਦੇ ਵਿੱਚ ਵਾਂਟਡ ਘੋਸ਼ਿਤ ਕੀਤਾ ਗਿਆ ਹੈ ਪੁਲਿਸ ਫਲਹਾਰ ਸੁਨੀਲ ਚੌਧਰੀ ਅਤੇ ਪ੍ਰੇਸ਼ ਚੌਧਰੀ ਦੀ ਤਲਾਸ਼ ਕਰ ਰਹੀ ਹੈ ਇਹਨਾਂ ਦੋਵਾਂ ਤੇ ਯੂ ਵੀਜ਼ਾ ਲਈ ਫਰਜ਼ੀ ਲੁੱਟਦਾ ਦੋਸ਼ ਹੈ ਇਸ ਮਾਮਲੇ 'ਚ ਮੁੰਦਮਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਲੰਗੀ 24 ਫਰਵਰੀ ਨੂੰ ਰਾਤ ਦੇ 2:30 ਵਜੇ ਉਹ ਸਟੋਰ ਵਿੱਚ ਕੰਮ ਕਰ ਰਹੇ ਸੀ ਤਾਂ ਇੱਕ ਹਥਿਆਰਵੰਦ ਵਿਅਕਤੀ ਵੱਲੋਂ ਉਹਨਾਂ ਨੂੰ ਲੁੱਟ ਲਿਆ ਗਿਆ ਇਹਨਾਂ ਦੋ ਗੁਜਰਾਤੀਆਂ ਨੇ ਇੱਕ ਅਣਪਛਾਤੇ ਵਿਅਕਤੀ ਤੇ ਹਥਿਆਰ ਦਿਖਾ ਕੇ ਸਟੋਰ ਤੋਂ 6000 ਡਾਲਰ ਲੁੱਟਣ ਦਾ ਦੋਸ਼ ਲਗਾਇਆ ਵਰਕੇ ਕਾਉਂਟੀ ਜਾਰਜੀ ਦੇ ਵਿੱਚ ਵਾਪਰੀ ਘਟਨਾ ਬਾਰੇ ਉਹਨਾਂ ਪੁਲਿਸ ਨੂੰ ਦੱਸਿਆ ਕਿ ਇੱਕ ਲੁਟੇਰਾ ਰਾਤ ਨੂੰ ਆਇਆ ਤੇ ਹਨੇਰੇ ਵਿੱਚ ਗਾਇਬ ਹੋ ਗਿਆ ਕਿਉਂਕਿ ਉਸ ਸਟੋਰ ਤੋਂ 6000 ਡਾਲਰ ਦੀ ਨਕਦੀ ਲੁੱਟ ਕੇ ਭੱਜ ਗਿਆ ਸੀ ਉਸ ਸਮੇਂ ਸਥਾਨਕ ਪੁਲਿਸ ਨੇ ਸਟੋਰ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨ ਉੱਤੇ ਲੁੱਟ ਕਰਨ ਆਏ ਵਿਅਕਤੀ ਦੀ ਹੁੱਡੀ ਪਹਿਨੀ ਫੋਟੋ ਪ੍ਰਾਪਤ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਉਧਰ ਜਦੋਂ ਪੁਲਿਸ ਨੂੰ ਉਹਨਾਂ ਤੇ ਸ਼ੱਕ ਹੋਣ ਸੰਬੰਧੀ ਮਾਮਲੇ ਦੀ ਹੋਰ ਪਾਸੇ ਜਾਂਚ ਕੀਤੀ ਅਤੇ ਆਸ-ਪਾਸ ਦੇ ਇਲਾਕਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪ੍ਰੇਸ਼ ਚੌਧਰੀ ਅਤੇ ਸੁਨੀਲ ਚੌਧਰੀ ਵੱਲੋਂ ਦਰਜ ਕਰਵਾਈ ਗਈ ਲੁੱਟ ਦੀ ਸ਼ਿਕਾਇਤ ਝਾਲੀ ਅਤੇ ਝੂਠੀ ਸਾਬਤ ਹੋਈ ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਪਾਇਆ ਕਿ ਸ਼ਿਕਾਇਤਕਰਤਾ ਦੇ ਦਾਅਵੇ ਦੇ ਉਲਟ ਸਟੋਰ ਵਿੱਚ ਕੋਈ ਵੀ ਲੁੱਟ ਨਹੀਂ ਹੋਈ ਹੈ ਪੁਲਿਸ ਨੂੰ ਕੁਝ ਐਮਸਬੂਤ ਮਿਲਣ ਤੋਂ ਬਾਅਦ ਦੋਵੇਂ ਸ਼ਿਕਾਇਤਕਰਤਾਵਾਂ ਨੂੰ ਦੁਬਾਰਾ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਨੂੰ ਸਾਡੇ ਵੱਲੋਂ ਕੀਤੇ ਗਏ ਲੁੱਟ ਦੇ ਡਰਾਮੇ ਦਾ ਪਤਾ ਲੱਗ ਗਿਆ ਹੈ ਤਾਂ ਸੁਨੀਲ ਚੌਧਰੀ ਅਤੇ ਪ੍ਰੇਸ਼ ਚੌਧਰੀ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੀ ਬਜਾਏ ਜਾਰਜੀਆ ਤੋਂ ਭੱਜ ਗਏ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਫਲੋਰੀਡਾ ਵਿੱਚ ਲੁਕੇ ਹੋ ਸਕਦੇ ਨੇ ਯੂ ਵੀਜ਼ਾ ਲਈ ਫਰਜ਼ੀ ਲੁੱਟਦਾ ਧੰਦਾ ਕਰਨ ਵਾਲੇ ਇਹਨਾਂ ਦੋ ਗੁਜਰਾਤੀਆਂ ਦੇ ਹੁਣ ਲੰਬੇ ਸਮੇਂ ਤੱਕ ਫਸਣ ਦੀ ਸੰਭਾਵਨਾ ਹੈ ਕਿਉਂਕਿ ਸਥਾਨਕ ਪੁਲਿਸ ਨੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਯਾਨੀ ਆਈਸੀਈ ਨੂੰ ਸੂਚਨਾ ਦੇ ਕੇ ਨਾ ਖਿਲਾਫ ਵਾਰੰਟ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਫਰਜ਼ੀ ਲੁੱਟ ਤੋਂ ਇਲਾਵਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਰ ਦੋਸ਼ ਵੀ ਉਨ੍ਹਾਂ ਤੇ ਲਗਾਏ ਜਾ ਸਕਦੇ ਨੇ ਗੁਜਰਾਤ ਦੇ ਗਾਂਧੀਨਗਰ ਇਲਾਕੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਪ੍ਰੇਸ਼ ਚੌਧਰੀ ਅਤੇ ਸੁਨੀਲ ਚੌਧਰੀ ਗੈਰ ਕਾਨੂੰਨੀ ਪ੍ਰਵਾਸੀ ਹਨ ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਮਿਸ਼ੇਲ ਓਬਾਮਾ ਸਾਫ ਦਾ ਪ੍ਰਥਮ ਮੈਲਾ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦੇ ਮੁੱਦੇ ਤੇ ਆਪਣਾ ਸਪਸ਼ਟਿਕਰਨ ਦਿੱਤਾ ਹੈ ਪਿਛਲੇ ਦਿਨਾਂ ਵਿੱਚ ਪਤਾ ਲੱਗਾ ਹੈ ਕਿ ਸਾਫ ਦਾ ਪ੍ਰਥਮ ਮੈਲਾ ਅਤੇ ਸਾਫ ਦਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਚੋਣ ਲੜਨ ਜਾ ਰਹੀ ਹੈ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਨੇ ਇਸ ਖਬਰ ਤੇ ਨਵਾਂ ਸਪਸ਼ਟੀਕਰਨ ਦਿੱਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ ਇਸ ਹੱਦ ਤੱਕ ਸਾਬਕਾ ਪਹਿਲੀ ਮਹਿਲਾ ਦੇ ਦਫ਼ਤਰ ਨੇ ਸਪਸ਼ਟ ਕੀਤਾ ਹੈ ਕਿ ਮਿਸ਼ੇਲ ਓਬਾਮਾ ਰਾਸ਼ਟਰਪਤੀ ਅਹੁਦੇ ਦੀ ਚੋਣ ਨਹੀਂ ਲੜ ਰਹੀ ਹੈ ਦਫ਼ਤਰ ਨੇ ਇਸ ਸਬੰਧ ਵਿੱਚ ਬਿਆਨ ਜਾਰੀ ਕੀਤਾ ਹੈ ਮਿਸ਼ੇਲ ਓਬਾਮਾ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦਾ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਹੈ ਹਾਲਾਂਕਿ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਖੁਲਾਸਾ ਕੀਤਾ ਹੈ ਕਿ ਉਹ ਚੋਣ ਮਹਿਮ ਦਾ ਸਮਰਥਨ ਕਰਨਗੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੁਰਬਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬੀ ਮੀਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ